कि जगदीश टाइटलर जो 1984 दे सिख कतलेआम दा मुख दोषियां चो इक आ उसनू अज CBI ने समन किया सी ते CBI ने उसनू बुलाया सी। जगदीश टाइटलर दे खिलाफ केस चल रहा गुरद्वारा पुल बंगश दे विच तीन सिखां दा कतल होया सी। मतलब कि कह रहा कि मैं तां 100 सिख नू मारिया, खुद उस चीज नू मन रहा और कह रहा ते ओ स्ट्रिंग ऑपरेशन नू लैके भी इहदे वॉइस दा सैंपल लिया गया ते अज CBI ने मनजीत सिंह जीके नू भी नाल बुलाया। सत श्री अकाल जी, अज हुणे इनफॉर्मेशन तुहानू देण वास्ते लाइव हो रहे हां कि जगदीश टाइटलर जो 1984 दे सिख कतलेआम दा मुख दोषियां चो इक आ उसनू अज CBI ने समन किया सी ते CBI ने उसनू बुलाया सी। जगदीश टाइटलर दे खिलाफ केस चल रहा गुरद्वारा पुल बंगश दे विच तीन सिखां दा कतल होया सी ते इस उसे बारे इस जिहड़ा केस इहदे विच चलिया सी इह नानावदी कमिशन की रिपोर्ट तो बाद 2005 विच चलिया सी। ਇਹ ਨਾਲ ਸੱਜਣ ਕੁਮਾਰ ਦੇ ਖਿਲਾਫ ਵੀ ਕੇਸ ਚੱਲਿਆ ਸੀ। ਸੱਜਣ ਕੁਮਾਰ ਨੂੰ ਉਸ ਤੋਂ ਬਾਅਦ ਲੰਬੀ ਲੜਾਈ ਤੋਂ ਮਗਰੋਂ ਸਜ਼ਾ ਹੋਈ, ਉਮਰ ਕੈਦ ਦੀ ਸਜ਼ਾ ਹੋਈ। ਉਹਦੇ ਨਾਲ ਇੱਕ MLA ਨੂੰ ਵੀ ਉਮਰ ਕੈਦ ਦੀ ਸਜ਼ਾ ਹੋਈ, ਇੱਕ ਕੌਂਸਲਰ ਨੂੰ ਵੀ ਉਮਰ ਕੈਦ ਦੀ ਸਜ਼ਾ ਹੋਈ ਅਤੇ ਉਹ ਤਾਂ ਹੁਣ ਜੇਲ੍ਹ ਵਿੱਚ ਬੈਠੇ ਨੇ। ਜਗਦੀਸ਼ ਟਾਈਟਲ ਅਜੇ ਤੱਕ ਬਚਿਆ ਵਾ ਸੀ ਤਾਂ ਉਹ ਸਿੱਖ ਕੌਮ ਨੂੰ ਸਾਰਿਆਂ ਨੂੰ ਹੀ ਇਸ ਚੀਜ਼ ਦਾ ਬੜਾ ਦੁੱਖ ਹੋ ਰਿਹਾ ਸੀ ਕਿ ਇਹ ਵੀ ਇੱਕ ਮੇਨ ਮੁਲਜ਼ਮ ਆ ਅਤੇ ਇਹ ਕਿਵੇਂ ਬਚਿਆ ਵਾ ਹੁਣ ਤੱਕ। ਅੱਜ CBI ਨੇ ਉਸਨੂੰ ਸਮਨ ਕੀਤਾ ਸੀ। ਉਹ ਕੇਸ ਚੱਲ ਰਿਹਾ ਜਿਹੜਾ ਇਹਦੇ ਖਿਲਾਫ, ਉਹਦੇ ਵਿੱਚ ਸਮਨ ਕੀਤਾ ਸੀ ਅਤੇ ਨਾਲ ਹੁਣ ਇਹਦੇ ਵਿੱਚ ਇੱਕ ਤਾਂ ਤਿੰਨ ਬੰਦਿਆਂ ਦੇ ਕਤਲ ਦਾ ਮੁਕੱਦਮਾ, ਨਾਲੇ ਇੱਕ ਮਨਜੀਤ ਸਿੰਘ ਜੀ ਦਾ ਸੀ ਜਿਹਦੇ ਵਿੱਚ ਇਹ ਖੁਦ ਆਪਣੇ ਮਤਲਬ ਕਿ ਕਹਿ ਰਿਹਾ ਕਿ ਮੈਂ ਤਾਂ 100 ਸਿੱਖ ਨੂੰ ਮਾਰਿਆ, ਖੁਦ ਉਹ ਚੀਜ਼ ਨੂੰ ਮੰਨ ਰਿਹਾ ਔਰ ਕਹਿ ਰਿਹਾ ਅਤੇ ਉਹ ਸਟ੍ਰਿੰਗ ਓਪਰੇਸ਼ਨ ਨੂੰ ਲੈ ਕੇ ਵੀ ਇਹਦੇ ਵੋਇਸ ਦਾ ਸੈਂਪਲ ਲਿਆ ਗਿਆ ਅਤੇ ਅੱਜ CBI ਨੇ ਮਨਜੀਤ ਸਿੰਘ ਜੀਕੇ ਨੂੰ ਵੀ ਨਾਲ ਬੁਲਾਇਆ ਉਸਨੂੰ ਵੀ ਅਤੇ ਹੁਣ ਜਿਹੜਾ ਇਹ ਜਗਦੀਸ਼ ਟਾਈਟਲ ਦੇ ਖਿਲਾਫ ਵੀ ਕਾਫੀ ਹੁਣ ਇਹ 'ਚ ਉਮੀਦ ਜਾਗ ਪਈ ਹੈ ਕਿ ਜਗਦੀਸ਼ ਟਾਈਟਲ ਦੇ ਵੀ ਹੁਣ ਸਿਕੰਜੇ ਦੇ ਵਿੱਚ ਆਏਗਾ ਹੁਣ ਤੱਕ ਜਿਹੜਾ ਬਚਿਆ ਹੋਇਆ ਸੀ ਅਤੇ ਇਹਦੇ ਹੁਣ 17 ਤਰੀਕ ਨੂੰ ਸੋਮਵਾਰ ਨੂੰ ਵੀ ਇਹਦੀ ਤਰੀਕ ਲੱਗੀ ਹੋਈ ਹੈ। ਜੋ ਜੋ ਅੱਗੇ ਡਿਵੈਲਪਮੈਂਟ ਹੋਏਗੀ, ਜਾਣਕਾਰੀ ਹੋਏਗੀ ਤੁਹਾਨੂੰ ਦੱਸਦੇ ਰਹਾਂਗੇ। ਸੱਜਣ ਕੁਮਾਰ ਦਾ ਪਿੱਛੇ ਜੇ ਤੁਹਾਨੂੰ ਪਤਾ ਹੋਏਗਾ ਕਿ ਜਦੋਂ ਉਹਨੇ ਸੁਪਰੀਮ ਕੋਰਟ ਦੇ ਵਿੱਚ ਬੇਲ ਵਾਸਤੇ ਅਪਲਾਈ ਕੀਤਾ ਸੀ, ਸੁਪਰੀਮ ਕੋਰਟ ਨੇ ਉਹਦੀ ਬੇਲ ਰਿਜੈਕਟ ਕਰਤੀ। ਜਦੋਂ ਉਹਨੇ ਕਿਹਾ ਕਿ ਜੀ ਮੈਂ ਕੈਂਸਰ ਦਾ ਪੇਸ਼ੈਂਟ ਹਾਂ, ਮੈਨੂੰ ਇਲਾਜ ਕਰਾਉਣ ਲਈ ਜ਼ਮਾਨਤ ਦਿੱਤੀ ਜਾਵੇ, ਸੁਪਰੀਮ ਕੋਰਟ ਨੇ ਉਹ ਵੀ ਮਨਾ ਕਰਤਾ, ਕਿਹਾ ਏਮਸ ਦਾ ਬੋਰਡ ਬਣਾਤਾ ਕਿ ਏਮਸ ਦੇ ਵਿੱਚੋਂ ਇਲਾਜ ਕਰਾਓ ਜੋ ਵੀ ਕਰਾਉਣਾ, ਅਤੇ ਬੇਲ ਜ਼ਮਾਨਤ ਨਹੀਂ ਦਿੱਤੀ ਸਕਦੀ। ਈਵਨ ਜੱਜ ਸਾਹਿਬ ਨੇ ਬਹੁਤ ਉਹਦੇ ਵਕੀਲ ਅਤੇ ਜਗਦੀਸ਼ ਟਾਈਟਲ ਦੇ ਕੇਸ 'ਚ ਵੀ ਬੜੀ ਦੇਰ ਤੋਂ ਬਹੁਤ ਕੋਸ਼ਿਸ਼ਾਂ ਹੋ ਰਹੀਆਂ ਸੀ ਅਤੇ ਹੁਣ ਚਾਹੇ 38 ਸਾਲਾਂ ਮਗਰੋਂ ਹੀ ਸਹੀ, ਪਰ ਹੁਣ ਉਮੀਦ ਆ ਕੇ ਲੱਗਦਾ ਕਿ ਇਹ ਵੀ ਹੁਣ ਸਿਕੰਜੇ ਵਿੱਚ ਆਇਆ। ਤੁਹਾਨੂੰ ਅਗਲੀ ਜਾਣਕਾਰੀ ਦਿੰਦੇ ਰਹਾਂਗੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ।